ਇਹ ਆਪਾਂ ਜੀ ਚਿੜੀ ਰੱਖੀ ਹੋਈ, ਇੱਕ ਇਕੱਠੀ ਇੱਕ ਚਿੜੀ ਰੱਖੀ ਹੋਈ ਆ ਅਸੀਂ। ਦੋ ਚਿੜੀਆਂ ਅਸੀਂ, ਇੱਕ ਚਿੜੀ ਵਿਚਾਰੀ ਮਰ ਗਈ, ਹੁਣ ਦੋ ਜੋੜੇ ਹੋਰ ਲੈ ਕੇ ਆਵਾਂਗੇ ਇਹਦੇ ਨਾਲ। ਚਿੜੀ ਚਿੜੀ ਆਲੇ ਦੁਆਲੇ ਡੈਕੋਰੇਸ਼ਨ ਕੀਤੀ ਵਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਵਾਗਤ ਆ ਨਵੇਂ ਬਲੌਗ ਦੇ ਵਿੱਚ। ਸੋ ਕਿੱਦਾਂ ਸਾਰੇ? ਠੀਕ ਠਾਕ ਵਧੀਆ। ਅਤੇ ਟਰਾਈ ਕਰਾਂਗੇ ਦੂਸਰੇ ਇੱਕ ਦਿਨ ਨਵਾਂ ਬਲੌਗ ਪਾਇਆ ਕਰੀਏ। ਇੱਦਾਂ ਸਾਨੂੰ ਪਿਆਰ ਦਿੰਦੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਲੌਗ ਦੇਖਣ ਤੋਂ ਪਹਿਲਾਂ। ਅਤੇ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਇੱਦਾਂ ਹੀ ਲਾਗੇ ਛਾਗੇ ਦੇ ਵਿਊ ਘਰ ਦੇ। ਬਾਕੀ ਇਹ ਸਾਡਾ ਟਾਈਗਰ। ਟਾਈਗਰ ਓਏ ਕਿੱਦਾਂ? ਟਾਈਗਰ ਕਿੱਦਾਂ, ਕੀ ਕਰਦਾ ਆ? ਕੀ ਕਰਦਾ? ਦੰਦੀ ਨਹੀਂ ਪਾਉਣੀ, ਦੰਦੀ ਨਹੀਂ ਪਾਉਣੀ। ਚੱਲ ਬਹਿ ਜਾ ਉੱਥੇ, ਬਹਿ ਜਾ ਉੱਥੇ, ਚੱਲ ਬਹਿ ਜਾ ਉੱਥੇ। ਅਰੇ ਹੈਲੋ ਕਰਦਾ, ਹੈਲੋ ਹੈਲੋ ਟਾਈਗਰ, ਹੈਲੋ ਹੈਲੋ ਕਰੋ। ਚਲੋ ਚਲੋ ਟਾਈਗਰ ਹੈਲੋ ਕਰੋ। ਚਲੋ ਉੱਥੇ ਬਹਿ, ਬਹਿ ਜਾ ਉੱਥੇ ਫਿਰ। ਚੱਲ ਇੱਥੇ ਬਹਿ, ਬਹਿ ਆਪਣੇ ਬਿਸਤਰੇ 'ਤੇ, ਇੱਥੇ ਇੱਥੇ ਬਹਿ। ਚੱਲ ਬਹਿ ਜਾ ਇੱਥੇ, ਬਹਿ ਜਾ ਮੈਡਮ, ਬਹਿ ਇੱਥੇ, ਬਹਿ ਬਹਿ ਜਾ। ਚੱਲ ਹਾਂ, ਇੱਦਾਂ ਗੱਲ ਮੰਨੀ ਦੀ ਹੁੰਦੀ ਹੈ। ਅੱਛਾ, ਛੋਟੇ ਛੋਟੇ ਪੀਪੇ ਪੀਪੇ ਬੱਚੇ ਬਣੀਦਾ ਹੁੰਦਾ, ਠੀਕ ਆ ਟਾਈਗਰ? ਚੱਲ ਬਹਿ ਜਾ ਹੁਣ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਇੱਧਰ ਨਵੇਂ ਫੁੱਲ ਬੂਟਿਆਂ ਦੀ, ਕਹਿੰਦੇ ਬਿਜਾਈ ਕੀਤੀ ਆ। ਆਹ ਇੱਕ ਫੁੱਲ ਲਾਇਆ, ਬਾਕੀ ਆਹ ਲਾਏ ਆ। ਆਹ ਦੇਖੋ ਕਿੰਨੇ ਸੋਹਣੇ ਸੋਹਣੇ ਫਲਾਵਰ ਲਾਏ ਆ, ਉਹ ਦੇਖੋ। ਇੱਕ ਆਹ ਲਾਈ ਆ ਗੋਭੀ, ਦੇਖੋ ਕਿੰਨਾ ਕਿੰਨਾ ਵਧੀਆ ਇਹਦਾ ਸਟਾਈਲ ਆ। ਇੱਕ ਆਹ ਫੁੱਲ ਲਾਇਆ ਹੋਇਆ, ਇੱਕ ਉਹ ਸਾਹਮਣੇ ਫੁੱਲ ਲਾਇਆ ਹੋਇਆ। ਬਾਕੀ ਵੱਡੇ ਹੋਣਗੇ, ਹੌਲੀ ਹੌਲੀ ਦਿਖਾਇਆ ਕਰਾਂਗੇ ਤੁਹਾਨੂੰ ਹੁਣ ਡੇਲੀ ਆਸੇ ਪਾਸੇ ਦਾ ਸਿਸਟਮ। ਬਾਕੀ ਇੱਦਾਂ ਜੁੜੇ ਰਹੋ, ਅਤੇ ਥੋੜ੍ਹਾ ਕੁ ਤੁਹਾਨੂੰ ਘਰ ਦਾ ਬਾਹਰ ਦਾ ਵੀ ਵਿਊ ਦਿਖਾਉਂਦੇ ਹਾਂ, ਬਾਹਰ ਕਿੱਦਾਂ ਦਾ ਮਾਹੌਲ ਚਾਲ ਆ। ਬਾਹਰਲਾ ਮਾਹੌਲ ਚਾਲ ਦੇਖੋ, ਹਾਲੇ ਟਾਈਮ ਹੋਇਆ ਹੈਗਾ ਜੀ 8:30, ਅਤੇ ਧੁੰਦ ਪਈ ਹੋਈ ਆ ਮਾੜੀ ਮਾੜੀ। ਵੈਸੇ ਸੂਰਜ ਵੀ ਨਿਕਲਿਆ ਹੋਇਆ ਉਹ ਸਾਹਮਣੇ। ਬਾਕੀ ਦੇਖੋ ਪਿੰਡ ਦੀ ਮੌਜ, ਆ ਲੱਗਾ ਹੋਇਆ ਟਾਵਰ ਆਪਣੇ ਘਰ ਦੇ ਮੂਹਰੇ।
ਕਰੋ ਚੈੱਕ ਵਿਊ ਮੋਟਰ ਦਾ। ਇੱਥੇ ਮੇਲੇ 'ਤੇ ਭੰਗੂੜੇ ਲੱਗਦੇ ਹੁੰਦੇ ਜੀ, ਅਤੇ ਆ ਪੈੜੀ ਆਪਣੀ ਆ, ਅਤੇ ਇੱਧਰ ਵੀ ਲੱਗਦੇ ਹੁੰਦੇ ਗੁਰਦੁਆਰੇ ਦੇ ਨਾਲ। ਵਿਊ ਬਹੁਤ ਸੋਹਣਾ ਜੀ ਮੋਟਰ ਦਾ। ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਵਲੋਗਾਂ ਨੂੰ, ਟਰਾਈ ਕਰਾਂਗੇ ਵੀ ਵਲੋਗ ਦੂਸਰੇ ਤੀਸਰੇ ਦਿਨ ਰੋਜ਼ ਪਾਇਆ ਕਰੀਏ। ਬਾਕੀ ਬਸ ਤੁਹਾਡੀ ਸਪੋਰਟ ਦੀ ਲੋੜ ਆ ਥੋੜ੍ਹੀ ਕੁ, ਬਾਕੀ ਵਲੋਗਾਂ ਵਾਲੀ ਤਾਂ ਆਪਾਂ ਧੱਕ ਪਾਈ ਜਾਣੀ ਆ, ਉਹ ਨਹੀਂ ਹੁਣ ਰੁਕਦੇ, ਉਹ ਹੁਣ ਆਉਣਗੇ। ਕੁਛ ਨਾ ਕੁਛ ਤੁਹਾਨੂੰ ਦਿਖਾਈ ਜਾਇਆ ਕਰਾਂਗੇ, ਰੋਜ਼ ਹੀ ਅਪਡੇਟ ਦਿੰਦੇ ਰਿਹਾ ਕਰਾਂਗੇ ਕਿੱਧਰ ਕਿੱਧਰ ਜਾ ਰਹੇ ਹਾਂ। ਅਤੇ ਬਾਕੀ ਉਹ ਸਾਹਮਣੇ ਮੋਟਰ ਆਪਣੀ, ਅਤੇ ਕੇਲਿਆਂ ਦੇ ਬੂਟੇ ਲਾਏ ਹੋਏ ਬਾਪੂ ਨੇ ਚਾਰ ਪੰਜ, ਉੱਥੇ ਦਿਖਾਉਣੇ ਤੁਹਾਨੂੰ ਉਹ ਵੀ ਜਾ ਕੇ। ਇੱਕ ਆਹ ਮੋਟਰ ਆ ਜੀ ਇੱਥੇ, ਇਹਦਾ ਵੀ ਪਾਣੀ ਬਥੇਰਾ ਆ। ਬਾਕੀ ਆਹ ਵੀ ਇੱਕ ਮੋਟਰ ਹੈਗੀ ਆ ਇੱਥੇ ਜੀ। ਵਿਊ ਬਹੁਤ ਸੋਹਣਾ ਇੱਧਰ ਦਾ। ਕੇਲਿਆਂ ਦੇ ਬੂਟੇ ਦੇਖੋ ਤੁਸੀਂ, ਚੈੱਕ ਕਰੋ ਇੱਕ ਵਾਰ ਕਿੰਨੇ ਘੈਂਟ ਲੱਗ ਰਹੇ ਆ ਮੋਟਰ ਦੇ ਉੱਤੇ, ਦੇਖੋ ਜੀ ਆਪਣੀ ਮੋਟਰ ਆ। ਅਤੇ ਚਲਾ ਬਣਾਇਆ ਹੋਇਆ ਇੱਥੇ, ਪੰਜ 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 ਸੰਨ ਦਾ ਬਣਿਆ ਹੋਇਆ ਇਹ, ਪੰਜ ਤਰੀਕ ਅਤੇ ਪੰਜਵਾਂ ਮਹੀਨਾ ਅਤੇ ਪੰਜ ਸੰਨ ਦੇ ਲਓ, ਆ 23 ਚੱਲਦਾ, ਕਿੰਨਾ ਟਾਈਮ ਹੋ ਗਿਆ। ਦੇਖੋ ਕੇਲਿਆਂ ਦੇ ਬੂਟੇ, ਬਾਕੀ ਇਹਨਾਂ ਨੂੰ ਲੱਗਣਗੇ ਘਾਣ ਜਿਹੜੇ ਹੁੰਦੇ ਕੇਲਿਆਂ ਦੇ, ਉਹ ਵੀ ਤੁਹਾਨੂੰ ਦਿਖਾਵਾਂਗੇ ਬਾਅਦ 'ਚ ਜਦੋਂ ਉੱਗਣਗੇ। ਸੂਰਜ ਦੇਖੋ ਚਮਕਾਰੇ ਮਾਰ ਰਿਹਾ ਸਾਹਮਣੇ, ਅਤੇ ਇੱਥੋਂ ਗੁਰਦੁਆਰਾ ਸਾਹਿਬ ਵੀ ਦਿਸ ਰਿਹਾ ਆ, ਮੂਹਰੇ ਭਰਕਮਾਦ ਆਉਂਦਾ ਆ ਉਹ ਦੇਖੋ ਸਾਹਮਣੇ, ਤੁਹਾਨੂੰ ਬੜਾ ਬੜਾ ਦਿਖ ਰਿਹਾ ਹੋਊਗਾ ਉਹ ਦੇਖੋ ਸਾਹਮਣੇ। ਬਾਕੀ ਆਲੇ ਦੁਆਲੇ ਦਾ ਵਿਊ ਤਾਂ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ, ਕਿਉਂਕਿ ਮੋਰਨਿੰਗ ਟਾਈਮ ਆ, ਧਰਕਮਾਦ ਆ ਜੀ। ਅਤੇ ਬਾਕੀ ਕਣਕ ਬੀਜੀ ਹੋਈ ਆ, ਇੱਧਰ ਵੀ ਕਣਕ ਹੀ ਬੀਜੀ ਹੋਈ ਆ, ਆਲੇ ਦੁਆਲੇ ਕਣਕ ਹੀ ਬੀਜੀਆਂ ਹੋਈਆਂ ਆ। ਗੁਰਦੁਆਰਾ ਸਾਹਿਬ ਦੇਖੋ ਜੀ ਕਿੰਨਾ ਘੈਂਟ ਵਿਊ ਲੱਗ ਰਿਹਾ ਸਵੇਰ ਦਾ। ਬਾਕੀ ਥੋੜ੍ਹਾ ਜਿਹਾ ਅੰਦਰ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਪਾਰਕ ਇੱਧਰ ਸਰੋਵਰ।
ਆਈ ਹੋਪ ਕਿ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ। ਇੱਦੀ ਸਾਨੂੰ ਪਿਆਰ ਕਰਦੇ ਰਹੋ, ਜੁੜੇ ਰਹੋ ਸਾਡੇ ਨਾਲ ਇੱਦਾਂ ਹੀ। ਅਤੇ ਇੰਨਾ ਕੀ ਅੱਜ ਦਾ ਬਲੌਗ ਸੀ, ਬਾਕੀ ਮਿਲਦੇ ਹਾਂ ਅਗਲੇ ਬਲੌਗ 'ਚ। 2-3 ਦਿਨਾਂ ਤੱਕ ਅਗਲਾ ਬਲੌਗ ਅਪਲੋਡ ਕਰੂੰਗਾ, ਪਿਆਰ ਦਿੰਦੇ ਰਹੋ। ਅਤੇ ਬਲੌਗ ਨੂੰ ਲਾਈਕ ਕਰ ਦਿਓ ਜਾਣ ਤੋਂ ਪਹਿਲਾਂ। ਅਤੇ ਚੰਗਾ ਜੀ, ਮਿਲਦੇ ਹਾਂ ਅਗਲੇ ਬਲੌਗ।